जिंदगी और एक्टिंग च तुहानू किन्ना क फर्क लग्या? मैं ओरिजिनल करदा कि जो एक्टिंग नहीं करदा कि जो अच्छा सच सच दी तरह मैं सच दी तरह एक्टिंग की। तुसी आप मैनू कहा सीगा भी एक्टिंग बहुत औखी है, ते तुसी मैनू ये भी दस्या सी कि डबिंग बहुत औखी है, ते तुहाडी फिल्म हशर दी मैं डबिंग की सीगी, हाँ उस तो मैं डबिंग शुरू की सीगी। ते ये शायद साडे दर्शकां नूं पता नहीं होना कि राज ने हशर दा एक डायलॉग डब किया सीगा, एक क्लास दे टीचर दा डायलॉग हाँ सीगा, जी, फर्स्ट टेक ओके किया सीगा। ते दर्शकों को यह भी नहीं पता कि हशर तो पहला दा जेड़ा गौरव तरहेन दा हीरो सीगा वो राजबाहर सीगा। बिल्कुल बिल्कुल, ऐसी वानी जवानी है फिल्म शुरू करने लगे सके, और सिगा नहीं, इनफेक्ट वो फिल्म असी बहुत छेती प्लान कर रहे हैं, और मेरी पूरी कोशिश रहेगी कि वो जिद्दां सोची सी उदां ही बने, उदे च मेन हीरो भी राज ही है।
ਮੈਂ ਹੁਣ ਤੁਹਾਡੇ ਤੋਂ ਪੁੱਛਦਾ ਇਹੀ ਸਵਾਲ ਦਾ ਤੁਸੀਂ ਜਵਾਬ ਦਿਓ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਇਸ਼ਕ ਮਹਾਬਤ, ਇਸ਼ਕ ਬਾਰੇ, ਇਸ਼ਕ ਬਾਰੇ, ਮੁਹੱਬਤ ਬਾਰੇ, ਪਿਆਰ ਬਾਰੇ, ਜਿਹੜਾ ਤੁਸੀਂ ਫਿਲਮਾਂ 'ਚ ਫਿਲਮਾਇਆ ਹੈ, ਤੁਸੀਂ ਵੀ ਦੋ ਤਿੰਨ ਫਿਲਮਾਂ ਡਾਇਰੈਕਟ ਕੀਤੀਆਂ, ਹੁਣ ਅੱਗੇ ਵੀ ਫਿਲਮਾਂ ਤੁਸੀਂ ਹਿੰਦੀ ਵੀ ਡਾਇਰੈਕਟ ਕਰਨ ਜਾ ਰਹੇ ਹੋ, ਉਹਦੇ ਬਾਰੇ ਦੱਸੋ ਹੁਣ ਤੁਸੀਂ ਕੀ ਕਰੋਗੇ? ਮੈਂ ਤਾਂ ਪੰਜਾਬ ਦੇ ਸੰਦਰਭ 'ਚ ਕਹਿਣਾ ਚਾਹੂੰਗਾ ਰਾਜ ਕੇ ਪਿਛਲੇ ਮੈਨੂੰ ਇੱਦਾਂ ਲੱਗਦਾ ਕਿ 4-5 ਸਾਲ 'ਚ ਇੱਕ ਨਵੀਂ ਆਜ਼ਾਦੀ ਆਈ ਹੈ ਪੰਜਾਬ 'ਚ। ਇੱਕ ਆਜ਼ਾਦੀ 'ਚ ਤਾਂ ਆਪਾਂ 47 'ਚ ਦੇਖ ਲਈ ਸੀ, ਇੱਕ ਤਾਜ਼ੀ ਤਾਜ਼ੀ ਪੰਜਾਬ ਨੂੰ ਪਹਿਲਾਂ ਤਾਂ ਸਾਨੂੰ ਚਲੋ ਇੱਕ ਬਹੁਤ ਅਸੀਂ ਔਖਾ ਵੇਲਾ ਹੰਡਾਇਆ ਜਿਹੜਾ ਅੱਤਵਾਦ ਵਾਲਾ ਉਹ ਨਿਕਲਿਆ, ਬਟ ਹੁਣ ਇੱਕ ਨਵੀਂ ਆਜ਼ਾਦੀ ਆਈ ਹੈ ਜਦੋਂ ਤੋਂ ਇਹ ਪੀਜੀ ਕਲਚਰ ਆਇਆ, ਐਜੂਕੇਸ਼ਨ ਵੱਧ ਰਹੀ ਹੈ, ਸਾਡੇ ਛੋਟੇ ਛੋਟੇ ਪਿੰਡਾਂ ਚੋਂ ਬੱਚੇ ਨਿਕਲ ਕੇ, ਮੁੰਡੇ ਕੁੜੀਆਂ ਨਿਕਲ ਕੇ ਸ਼ਹਿਰਾਂ 'ਚ ਆ ਗਏ, ਉਹਨੇ ਇੱਕ ਨਵੀਂ ਆਜ਼ਾਦੀ, ਇੱਕ ਨਵੀਂ ਵੇਵ ਪੈਦਾ ਕੀਤੀ ਹੈ, ਜਿਹਦਾ ਐਂਟਰਟੇਨਮੈਂਟ ਇੰਡਸਟਰੀ 'ਤੇ ਵੀ ਬਹੁਤ ਫਰਕ ਪੈ ਰਿਹਾ, ਕਿ ਪੰਜਾਬੀ ਸਿਨੇਮੇ 'ਤੇ ਬਹੁਤ ਫਰਕ ਪੈ ਰਿਹਾ, ਪੰਜਾਬੀ ਮਿਊਜ਼ਿਕ 'ਤੇ ਬਹੁਤ ਫਰਕ ਪੈ ਰਿਹਾ। ਅੱਜ ਪੰਜਾਬੀ ਸਿਨੇਮੇ ਫਿਲਮ ਦੇਖਣ ਚਾਹੀਦਾ ਹੈ ਪਹਿਲੇ ਦਿਨ, ਤਾਂ ਹਾਲ ਦੇ ਹਾਲ ਭਰੇ ਪਏ ਮੁੰਡੇ ਕੁੜੀਆਂ ਨੂੰ, ਯੂਥ ਜਿਹੜਾ ਪੰਜਾਬੀ ਫਿਲਮ ਨਾਲ ਪਹਿਲਾਂ ਛੇਤੀ ਕਿਤੇ ਨਹੀਂ ਜੁੜਦਾ ਸੀ, ਬਿਲਕੁਲ ਉਹ ਜੁੜ ਰਿਹਾ, ਉਹ ਆ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਰਿਲੇਟ ਕਰ ਰਹੇ ਵੀ ਇਹ ਸਾਡੀ ਕਹਾਣੀ ਹੈ, ਇਹ ਸਾਡੀ ਗੱਲ ਹੈ, ਕਿਉਂਕਿ ਅਸੀਂ ਲੈਂਗੁਏਜ ਨਾਲ ਜੁੜੇ ਹੋਏ ਹਾਂ, ਚਾਹੇ ਅਸੀਂ ਪੰਜਾਬ 'ਚ ਰਹਿੰਦੇ, ਚਾਹੇ ਸ਼ਹਿਰਾਂ 'ਚ, ਚਾਹੇ ਪਿੰਡਾਂ 'ਚ, ਪਰ ਅਸੀਂ ਆਪਣੀ ਪੰਜਾਬੀ ਲੈਂਗੁਏਜ ਨਾਲ, ਜ਼ੁਬਾਨ ਨਾਲ ਜੁੜਿਆ ਹੋਇਆ ਜੁੜੇ ਹੋਏ, ਤੇ ਉਹਦੇ 'ਚ ਜਦੋਂ ਇਹ ਲੱਗਦਾ ਵੀ ਇਹ ਸਾਡੀ ਕਹਾਣੀ ਹੈ, ਤਾਂ ਉਹਦੇ 'ਚ ਆ ਰਹੇ, ਬਸ ਇੱਕੋ ਚੀਜ਼ ਦਾ ਖਿਆਲ ਰੱਖਣ ਦੀ ਲੋੜ ਹੈ, ਜਿਹਦਾ ਚਿੰਤਨ ਕਰਨ ਦੀ ਵੀ ਲੋੜ ਹੈ, ਕਿ ਕਿਤੇ ਇਸ ਇਸ਼ਕ ਮੁਹੱਬਤ ਪਿਆਰ ਯੂਥ ਜਵਾਨੀ ਇਹਦੀ ਸਾਰੀ ਦੌੜ 'ਚ, ਬਿਜ਼ਨਸ ਦੀ ਦੌੜ 'ਚ ਅਸੀਂ ਅੱਛੇ ਅੱਛੇ ਸਬਜੈਕਟਾਂ ਤੋਂ ਪਰੇ ਨਾ ਹੋ ਜਾਈਏ, ਆਪਣੀ ਫੈਮਿਲੀ ਆਡੀਅੰਸ ਨਾ ਤੋੜ ਲਈਏ, ਕਿਉਂਕਿ ਪਿਆਰ ਤਾਂ ਹਰ ਰੂਪ 'ਚ ਹੈ ਸਰ, ਉਹ ਮਾਂ ਨਾਲ ਵੀ ਇੱਕ ਬੇਟੇ ਦਾ ਪਿਆਰ ਹੋ ਸਕਦਾ ਹੈ, ਬਾਪ ਨਾਲ ਵੀ ਹੋ ਸਕਦਾ ਹੈ, ਉਹਦੇ 100 ਰੂਪ ਹੈ। ਇੱਕ ਬੇਜਾਨ ਚੀਜ਼ 4 ਟਰੈਕਟਰ ਨਾਲ, ਇੱਕ ਜੱਟ ਨਾਲ, ਜੱਟ ਦਾ ਇੱਕ ਜ਼ਮੀਨ ਨਾਲ, ਆਪਣੇ ਜ਼ਮੀਨ ਦੇ ਸੰਦਾਂ ਨਾਲ ਇੰਨਾ ਮੋਹ ਹੁੰਦਾ। ਬਿਲਕੁਲ, ਮੈਂ ਉਹ ਗਾਣਾ ਗਿਆ ਜਿੱਦੇ, ਮੈਂ ਉਹ ਗਾਣਾ, ਮੈਨੂੰ ਕਿਸੇ ਨੇ SMS ਕੀਤਾ ਸੀਗਾ, ਮੇਰਾ ਦੋਸਤ ਹੈ ਮੱਟ ਸ਼ੇਰਵਾਲਾ, ਤੇ ਉਹਨੇ ਮੈਨੂੰ ਮੈਸੇਜ ਕੀਤਾ, ਮੈਂ ਮੈਸੇਜ ਫੋਨ ਤੇ ਪੜਿਆ, ਤੇ ਜਦੋਂ ਮੈਂ ਪੂਰੀ ਸਥਾਈ ਪੜ੍ਹੀ ਤੇ ਮੈਂ ਅਖੀਰ ਤੇ ਪੜ੍ਹਦਾ ਰੋ ਪਿਆ ਸੀਗਾ, ਤੇ ਫਿਰ ਮੈਨੂੰ ਉਦਾਂ ਹੀ ਪੜ੍ਹ ਕੇ ਲੱਗਿਆ। ਗਾ ਕੇ ਸੁਣਾਓ ਨਾ। ਜੱਟ ਹੱਸਦਾ ਏ, ਜੱਟ ਜੱਚਦਾ ਏ, ਜੱਟ ਗਾਉਂਦਾ ਏ, ਜੱਟ ਨੱਚਦਾ ਏ, ਕਿੰਜ ਸੀਨਾ ਚੀਰ ਦਿਖਾਵੇ, ਕਿ ਜੱਟ ਕਿਹੜੇ ਹਾਲ ਚ ਵਸਦਾ ਏ, ਪਹਿਲਾਂ ਛੋਟੀ ਭੈਣ ਵਿਆਹੀ, ਫੇਰ ਬੈਂਕ ਦੀ ਕਿਸ਼ਤ ਵੀ ਲਾਹੀ, ਨਹੀਂ ਲੱਥਿਆ ਸਿਰ ਤੋਂ ਕਰਜ਼ਾ, ਮਿੱਟੀ ਵਿੱਚ ਮਿੱਟੀ ਹੋ ਕੇ, ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ।